ਮੋਹਾਲੀ ਦੇ ਬੱਸ ਸਟੈਂਡ ਤੇ ਖੜਾ ਮੈਂ ਬੱਸ ਦੀ ਉਡੀਕ ਕਰ ਰਿਹਾ ਸੀ। ਤਕਰੀਬਨ 8:30 ਵਜੇ ਬੱਸ ਬਿਨਾਂ ਰੁਕੇ ਲੰਘ ਗਈ। ਸ਼ਾਇਦ ਭੀੜ ਹੋਣ ਕਰਕੇ ਨਾ ਰੁਕੀ ਹੋਵੇ। ਬੱਸ ਉਡੀਕ ਰਹੀਆਂ ਦੋ ਕੁੜੀਆਂ ਨੇ ਆਪਣੇ ਮੋਬਾਈਲ ਤੇ ਟੁੱਕ ਟੁੱਕ ਸ਼ੁਰੂ ਕਰ ਦਿੱਤੀ ਤੇ ਕੋਲ ਹੀ ਖੜੇ ਬਜ਼ੁਰਗ ਬਾਬਾ ਜੀ ਥੱਕੇ ਜੇ ਲੱਗਦੇ ਸਨ। ਉਹ ਇੱਕ ਥੜੇ ਤੇ ਬੈਠ ਗਏ। ਅਗਲੀ ਬੱਸ ਤਕਰੀਬਨ 1 ਘੰਟੇ ਬਾਅਦ ਆਉਣੀ ਸੀ। ਮੈਂ ਵੀ ਆਪਣਾ ਰੁੱਖ ਚਾਹ ਦੀ ਦੁਕਾਨ ਵੱਲ ਕਰ ਲਿਆ। ਦੁਕਾਨ ਵੱਲ ਵੱਧਦਿਆਂ ਮੇਰੇ ਕੰਨਾਂ ਵਿੱਚ ਕਿਸੇ ਦੇ ਗਾਉਣ ਦੀ ਆਵਾਜ਼ ਸੁਣਾਈ ਦਿੱਤੀ। ਚਾਹ ਦੀ ਦੁਕਾਨ ਦੇ ਬਿਲਕੁਲ ਸਾਹਮਣੇ ਇੱਕ ਬੁੱਢਾ ਆਦਮੀ ਜੋ ਦੇਖਣ ਨੂੰ ਪਾਗਲ ਜਿਹਾ ਲੱਗ ਰਿਹਾ ਸੀ। ਉਸਦੇ ਵਾਲ ਖਿਲਰੇ ਹੋਏ ਸੀ, ਦਾੜੀ ਕੱਟੀ ਹੋਈ, ਮੈਲਾ ਕੁੜਤਾ ਅਤੇ ਟੁੱਟੇ ਹੋਏ ਬੂਟ ਸਨ। ਉਹ ਗੜਵੀ ਤੇ ਹੱਥ ਮਾਰਦਾ ਹੋਇਆ ਇੱਕੋ ਤੁੱਕ ਵਾਰ ਵਾਰ ਗਾ ਰਿਹਾ ਸੀ, ਜੋ ਕਰੇਗਾ ਸੋ ਭਰੇਗਾ, ਨਾ ਜੀਏਗਾ ਨਾ ਮਰੇਗਾ, ਜੋ ਕਰੇਗਾ ਸੋ ਭਰੇਗਾ, ਨਾ ਜੀਏਗਾ ਨਾ ਮਰੇਗਾ। ਮੈਂ ਭਈਏ ਨੂੰ ਚਾਹ ਦਾ ਆਰਡਰ ਦਿੰਦਿਆਂ ਕਿਹਾ, ਇਹ ਅਖਾੜਾ ਲਾਉਣਾ ਕਦੋਂ ਤੋਂ ਸ਼ੁਰੂ ਕਰ ਦਿੱਤਾ ਤੂੰ ਬਾਈ? ਮੇਰੇ ਨਾਲ ਉਹ ਵੀ ਹੱਸ ਪਿਆ, ਅਰੇ ਸਰਦਾਰ ਜੀ, ਇਹ ਤੋਂ ਆਪਣੇ ਆਪ ਆ ਜਾਤਾ ਹੈ ਕਭੀ ਵੀ, ਪਤਾ ਨਹੀਂ ਕੌਣ ਹੈ, ਕਹਾਂ ਸੇ ਹੈ, ਕਿਸਮਤ ਕਾ ਮਾਰਾ ਹੈ ਬੇਚਾਰਾ, ਕਭੀ ਗਾਤਾ ਹੈ ਕਭੀ ਰੋਤਾ ਹੈ, ਦਿਨ ਮੈਂ ਏਕ ਦੋ ਬਾਰ ਚਾਏ ਪਿਲਾ ਦੇਤਾ ਹੂੰ ਆਪਣੀ ਤਰਫ ਸੇ। ਉਹ ਚਾਹ ਜੱਗ ਵਿੱਚ ਪਾਉਂਦਿਆਂ ਪਾਉਂਦਿਆਂ ਬੋਲਿਆ। ਭਈਏ ਦੀ ਗੱਲ ਸੁਣ ਕੇ ਮੈਨੂੰ ਉਸ ਬੁੱਢੇ ਆਦਮੀ 'ਤੇ ਤਰਸ ਜਿਹਾ ਆਇਆ ਅਤੇ ਆਪਣੀ ਕੀਤੀ ਮਸਕਰੀ 'ਤੇ ਗੁੱਸਾ ਵੀ ਆਇਆ। ਮੈਂ ਇੱਕ ਚਾਹ ਦਾ ਕੱਪ ਹੋਰ ਲੈ ਕੇ ਬੁੱਢੇ ਆਦਮੀ ਵੱਲ ਵਧਾਇਆ। ਉਸਨੇ ਬਿਨਾਂ ਕੁਝ ਕਹੇ ਕੱਪ ਫੜ ਲਿਆ ਅਤੇ ਚਾਹ ਦੀਆਂ ਚੁਸਕੀਆਂ ਲੈਂਦਾ ਕਦੇ ਮੇਰੇ ਵੱਲ ਤੱਕੇ ਅਤੇ ਕਦੇ ਚਾਹ ਵੱਲ। ਮੇਰੇ ਮਨ ਵਿੱਚ ਭਈਏ ਦੇ ਉਹੀ ਬੋਲ ਵਾਰ ਵਾਰ ਘੁੰਮ ਰਹੇ ਸਨ ਕਿ ਕਿਸਮਤ ਕਾ ਮਾਰਾ ਹੈ ਬੇਚਾਰਾ, ਕਭੀ ਗਾਤਾ ਹੈ ਕਭੀ ਰੋਤਾ ਹੈ। ਮੈਂ ਹਲੇ ਸੋਚ ਹੀ ਰਿਹਾ ਸੀ ਕਿ ਇਸ ਨਾਲ ਜ਼ਰੂਰ ਕੁਝ ਬੀਤੀ ਹੋਵੇਗੀ ਕਿ ਉਸ ਬੁੱਢੇ ਆਦਮੀ ਨੇ ਚਾਹ ਦਾ ਘੁੱਟ ਭਰਦਿਆਂ ਪੁੱਛਿਆ, ਬੇਟਾ 9 ਵੱਜ ਗਏ? ਨਹੀਂ ਜੀ, ਪੌਣੇ ਹੋਏ ਨੇ ਹਲੇ, ਮੈਂ ਮੋਬਾਈਲ 'ਤੇ ਟਾਈਮ ਚੈੱਕ ਕੀਤਾ। ਪੜ੍ਹਾਈ ਕਰਦਾ ਹਜੇ? ਉਸਨੇ ਅਗਲਾ ਸਵਾਲ ਕੀਤਾ। ਹਾਂ ਹਾਂਜੀ, 16ਵੀਂ ਕਲਾਸ, ਮੈਂ 2 ਟੁੱਕ ਜਵਾਬ ਦਿੱਤਾ। ਉਹਦੇ ਗੱਲ ਕਰਨ ਦੇ ਅੰਦਾਜ਼ ਤੋਂ ਮੈਂ ਹੈਰਾਨ ਸੀ। ਉਹ ਕੋਈ ਪਾਗਲ ਨਹੀਂ ਸੀ, ਸਗੋਂ ਕੋਈ ਕਿਸਮਤ ਦਾ ਮਾਰਿਆ ਹੋਇਆ ਰਾਹਗੀਰ ਜਾਪਦਾ ਸੀ। ਮੇਰੇ ਪੁੱਛਣ 'ਤੇ ਉਸਨੇ ਆਪਣੀ ਹੱਡ ਬੀਤੀ ਦੱਸਣੀ ਸ਼ੁਰੂ ਕੀਤੀ ਕਿ ਉਸਦਾ ਨਾਮ ਲੱਖਣ ਹੈ ਅਤੇ ਪਿਛੋਕੜ ਯੂਪੀ ਦਾ ਹੈ। ਉਸਦੇ ਮਾਂ ਬਾਪ ਨੂੰ ਜ਼ਮੀਨ ਦੇ ਲਾਲਚ ਕਰਕੇ ਸ਼ਰੀਕਾਂ ਨੇ ਮਾਰ ਦਿੱਤਾ ਸੀ। ਉਹ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਭੱਜਿਆ। ਉਹ 8ਵੀਂ ਪਾਸ ਹੈ ਅਤੇ ਕਿਸੇ ਤਰ੍ਹਾਂ ਪੈਸੇ ਜੋੜ ਕੇ ਪੰਜਾਬ ਵਿੱਚ ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੱਤਾ। ਮੈਂ ਉਸਦੀ ਗੱਲ ਗੌਰ ਨਾਲ ਸੁਣਦਾ ਰਿਹਾ ਅਤੇ ਉਸਨੇ ਆਪਣੀ ਹੱਡ ਬੀਤੀ ਅੱਗੇ ਜਾਰੀ ਰੱਖੀ। ਉਸਨੇ ਦੱਸਿਆ ਕਿ ਮੈਂ ਇੱਕ ਦਿਨ ਸਵੇਰੇ 5 ਵਜੇ ਰਿਕਸ਼ਾ ਲੈ ਕੇ ਨਿਕਲਿਆ। ਰਸਤੇ ਵਿੱਚ ਇੱਕ ਵਿਅਕਤੀ ਨੂੰ ਤੜਫਦੇ ਹੋਏ ਲਹੂ ਲੁਹਾਣ ਹਾਲਤ ਵਿੱਚ ਦੇਖਿਆ। ਮੈਂ ਫਟਾਫਟ ਉਸਨੂੰ ਉਠਾਇਆ ਅਤੇ ਹਸਪਤਾਲ ਪਹੁੰਚਾਇਆ। ਉਸਨੂੰ ਕੋਈ ਗੱਡੀ ਵਾਲਾ ਮਾਰ ਗਿਆ ਸੀ। ਹਸਪਤਾਲ ਵਿੱਚ ਪਤਾ ਲਿਖਵਾ ਕੇ ਮੈਂ ਨਿਕਲ ਗਿਆ। ਇੰਨੀ ਕੁ ਗੱਲ ਦੱਸ ਕੇ ਚਾਹ ਦਾ ਆਖਰੀ ਘੁੱਟ ਭਰ ਕੇ ਲੱਖਣ ਆਪਣਾ ਥੈਲਾ ਫਰੋਲਣ ਲੱਗਾ। ਮੇਰੀ ਵੀ ਉਸ ਦੀਆਂ ਗੱਲਾਂ ਵਿੱਚ ਰੁਚੀ ਵੱਧ ਗਈ। ਮੈਂ ਉੱਠ ਕੇ ਉਸ ਲਈ ਚਾਹ ਦਾ 1 ਕੱਪ ਹੋਰ ਲੈ ਆਇਆ। ਉਹ ਚਾਹ ਦਾ ਪੂਰਾ ਸ਼ੌਕੀਨ ਲੱਗਦਾ ਸੀ। ਉਸਨੇ ਫੁਰਤੀ ਨਾਲ ਕੱਪ ਫੜਿਆ ਅਤੇ ਇੱਕ ਘਸਮੈਲੀ ਜੀ ਫੋਟੋ ਕੱਢ ਕੇ ਦਿਖਾਉਣ ਲੱਗਾ। ਮੇਰੇ ਪੁੱਛਣ 'ਤੇ ਉਸਨੇ ਆਪਣੀ ਹੱਡ ਬੀਤੀ ਦੱਸਣੀ ਸ਼ੁਰੂ ਕਰ ਦਿੱਤੀ। ਉਹ ਫੋਟੋ 'ਤੇ ਉਂਗਲੀ ਰੱਖਦਾ ਹੋਇਆ ਬੋਲਿਆ, ਇਹ ਉਹੀ ਬਾਬੂ ਹੈ ਜਿਹਦੀ ਮੈਂ ਜਾਨ ਬਚਾਈ ਸੀ। 2 ਦਿਨਾਂ ਬਾਅਦ ਇਹ ਮੇਰੇ ਕਿਰਾਏ ਵਾਲੇ ਮਕਾਨ 'ਤੇ ਆਇਆ ਅਤੇ ਮੈਨੂੰ ਗੱਲ ਨਾਲ ਲਾ ਲਿਆ। ਬਾਬੂ ਨੇ ਚਿੱਟਾ ਕੁੜਤਾ ਪਜਾਮਾ ਅਤੇ ਪੈਰ 'ਚ ਤਿੱਲੇਦਾਰ ਜੁੱਤੀ ਪਾ ਕੇ ਰੱਖਣੀ ਅਤੇ ਇੱਕ ਨਜ਼ਰ ਵਾਲਾ ਚਸ਼ਮਾ ਲਾਇਆ ਹੁੰਦਾ ਸੀ। ਦਾੜੀ ਸ਼ੇਵ ਕੀਤੀ ਹੁੰਦੀ ਅਤੇ ਸਿਰ 'ਤੇ ਕੋਈ ਕੋਈ ਧੌਲਾ ਵਾਲ ਚਮਕਦਾ ਸੀ। ਬਾਬੂ ਕਿਸੇ ਵੱਡੀ ਮਹਿਲ ਦਾ ਮਾਲਕ ਸੀ। ਬਾਬੂ ਦਾ ਪੂਰਾ ਨਾਮ ਦਿਆਲ ਚੰਦ ਸੀ। ਉਸ ਦੀ ਪਤਨੀ ਮਰ ਚੁੱਕੀ ਸੀ ਅਤੇ ਉਸਦੇ ਅੱਗੇ ਪਿੱਛੇ ਕੋਈ ਨਹੀਂ ਸੀ ਜੋ ਉਸਦਾ ਸਹਾਰਾ ਬਣਦਾ। ਬਾਬੂ ਨੇ ਮੈਨੂੰ ਆਪਣੇ ਕੋਲ ਰੱਖ ਲਿਆ ਅਤੇ ਮੈਨੂੰ ਬੇਸਹਾਰੇ ਨੂੰ ਸਹਾਰਾ ਮਿਲ ਗਿਆ ਸੀ। ਬਾਬੂ ਜੀ ਨੇ ਮੈਨੂੰ ਗੱਡੀ ਚਲਾਉਣੀ ਸਿਖਾ ਦਿੱਤੀ ਸੀ। ਹੁਣ ਦੋਨੋਂ ਇਕੱਠੇ ਬਾਹਰ ਜਾਂਦੇ ਅਤੇ ਵਾਪਸ ਇਕੱਠੇ ਘਰ ਆਉਂਦੇ। ਸਾਡਾ ਪਿਆਰ ਹੋਰ ਵੀ ਵੱਧ ਗਿਆ ਸੀ।
एक बार जरूरी मीटिंग होण करके असी लेट हो गए। रात दे तकरीबन 11:30 बजे सी। बाबू जी दे कहण ते मैं गड्डी एक होटल कोल रोक लई। अचानक डरी ते घबराई हुई एक कुड़ी आके गड्डी ते हाथ मार लगी। शीशे कोल आके पुकार कर लगी, बाबू जी बचा लो, बाबू जी बचा लो। बाबू जी फुरती नाल बाहर निकले। बाबू नूं देख के 3 बंदे वापस भज गए। कुड़ी नूं पुछण ते पता लगा कि उसका नां राणी सी ते यूपी दी रहण वाली सी। बचपन तो पंजाब च ही रहिंदी है। कुछ दिन पहला उसकी माँ मर गई सी ते इकली नूं देख के ये हफसी गुंडे उसके मगर लगे हुए सी। उसका दुनिया ते होर कोई ना होण करके बाबू जी ने उसनूं अपनी धी बना के रखिया। बाबू जी का अपना कोई भी ना होण करके साढ़े आउण ते घर विच रौनक जी लग गई। लखण ने अपनी गल जारी रखदिया दसिया कि साल क बाद बाबू जी ने मेरा ते राणी का विआह करवा दिता। सानू बाबू जी के फैसले ते कोई इतराज़ नहीं सी, क्योंकि उन्होंने ही तो सानू आसरा दिता सी। बाबू जी ने साडा विआह बड़ी धूमधाम नाल कीता, जिमें अपने ही सके बच्चे होण। पूरे घर विच खुशी का माहौल सी। 3 साल बीत चुके सी। बाबू जी की तबीयत अचानक बिगड़ गई। असीं बाबू जी का इलाज चंगे हस्पताल विच करवाया। उस समय 50,000 का खर्चा आया। बाबू जी नूं हर सहूलत दिती गई ते साफ सफाई का खास ध्यान रख्या गया, जिस कारण वह जल्दी ठीक हो गए। बाबू जी ने खुश होकर जायदाद की वसीयत साढ़े नाम करवा दिती। काम कार हुण मैं देख रहा सी ते बाबू जी नूं रेस्ट ते रख्या सी। 6 महीने बाद बाबू जी की तबीयत अचानक फिर बिगड़ गई। किसी पास्यों कोई सुधार ना होया। डॉक्टर भी हाथ खड़े कर गए ते विदेश दे किसी हस्पताल विचों इलाज करवाउण दी सलाह दित्ती। बाबू जी नूं असीं घर लै आए ते मैं अपनी पत्नी नाल विदेश जाण दी सलाह कीती, पर उसने लखां दे खर्चे दा रौला पा लिया। मैनूं बाबू दयाल चंद दी सेहत दा फिक्र वड वड खाण लग्या, क्योंकि ये सब पैसे जमीन गहने रखण तो बिना नहीं सी हो सकते। पर जायदाद की वसीयत अपने नाम होण करके सानू जायदाद का लालच आ गया ते उसे लालच कारण असी बाबू दयाल चंद नू रात नू घोट के मार दिता। थोड़े दिन मगरों वह जायदाद असी अपने नाम करवा ली। हुण सारी जायदाद साढ़े नाम हो चुकी सी। मैनू कई बार बाबू जी नाल कीते वरतारे करके अपने आप ते घृणा आउंदी ते राणी ते गुस्सा भी। साल क मगरों साढ़े घर मुंडे ने जन्म लिया, जिस दे मोह प्यार ने सानू बीतिया कल सारा ही भुला दिता। मैं अपनी मर्जी का मालक सी, सारा कारोबार देखदा ते घर आके दलीप नाल खेड़दा। दलीप नाम रखिया सी उसका। दलीप वड्डा हुंदा गया ते साडा मोह भी वधदा गया। इकला पुत जो सी वह दिन भी याद है जदों दलीप 12वीं चो चंगे नंबर लेके पास होया। असी खूब पार्टी मनाई, पर वो पार्टी गम विच बदलदिया देर नहीं लगी। दलीप की तबीयत अचानक बिगड़ गई। हर पासे इलाज करवाया, कोई फर्क ना पिया। मैनू लगा जिमें मैं 18 साल पिछे चला गया होवां। उही डाक्टर, उही हस्पताल ते उही शब्द डाक्टर ने कहे कि विदेश दे किसी हस्पताल विच देख लो जे इलाज हुंदा, साढ़े वसों बाहर है। बीमारी का कोई निशान नहीं सी लभदा। राणी ने मैनू विदेश जाण लई जोर दिता। मैं पैसे की गल कही, उन्हें कहा जमीन वेच के आ जाणगे पैसे, पुत बचना चाहीदा, जमीना तो फिर बन जाणगियां। मेरे मन च बाबू जी घुम रहे सी जदों इसे स्थिति च राणी ने मैनू रोकिया सी। पर हुण सवाल पुत दा सी। मैं मिल ते होर जमीन वेच दिती कि इलाज करवा के बचदे पैसों का होर कारोबार आरंभ कर लवांगे। मैं दलीप का इलाज लंडन विच करवाया। सारे पैसे लग चुके सन, इतों तक कि मैनू अपनी इको एक बची कोठी भी वेचनी पै गई। दलीप 2 महीने दाखल रहा, पर कोई फर्क ना पिया। मेरे सिर ते पहाड़ उदों टुटिया जदों डाक्टरां ने दलीप की मौत की खबर सुनाई ते राणी सदमा बर्दाश्त ना कर सकी। 4 घंटे बाद वह भी दम तोड़ गई।
ਮੇਰੇ ਪੱਲੇ ਕੱਖ ਵੀ ਨਾ ਰਿਹਾ ਸਿਵਾਏ ਦਰਦਾਂ ਦੇ। ਮੈਂ ਇਕੱਲਾ ਹੋ ਗਿਆ ਸੀ ਪਹਿਲਾਂ ਵਾਂਗ। ਸਾਰੀ ਰਾਤ ਰੋਂਦਾ ਰਿਹਾ ਅਤੇ ਆਸ ਕਰਦਾ ਰਿਹਾ ਕਿ ਹੁਣ ਕੋਈ ਬਾਬੂ ਜੀ ਆਵੇ ਅਤੇ ਮੈਨੂੰ ਗੱਲ ਲਾ ਕੇ ਪੁੱਤ ਪੁੱਤ ਕਹਿ ਕੇ ਲੈ ਜਾਵੇ। ਹਲਕੀ ਹਲਕੀ ਹਵਾ ਮਹਿਸੂਸ ਹੋ ਰਹੀ ਸੀ। ਇੰਝ ਲੱਗ ਰਿਹਾ ਸੀ ਜਿਵੇਂ ਉੱਚੀ ਉੱਚੀ ਹੱਸ ਰਹੀ ਹੋਵੇ ਅਤੇ ਮੈਨੂੰ ਵਾਰ ਵਾਰ ਛੂਹ ਕੇ ਕਹਿ ਰਹੀ ਹੋਵੇ ਕਿ ਲੱਖਣ ਪੁੱਤ, ਇਹ ਉਹੀ ਬਾਬੂ ਸੀ ਜਿਹਨੇ ਤੈਨੂੰ ਪੁੱਤ ਬਣਾ ਕੇ ਸੀਨੇ ਲਾਇਆ ਅਤੇ ਸਭ ਕੁਝ ਦਿੱਤਾ ਸੀ, ਪਰ ਤੂੰ ਕਦਰ ਨਾ ਜਾਣੀ। ਲੈ ਹੁਣ ਉਹੀ ਪੁੱਤ ਬਣ ਕੇ ਆਪਣਾ ਹੱਕ ਲੈ ਗਿਆ ਹੈ। ਇੰਨਾ ਕਹਿ ਕੇ ਉਹ ਬੁੱਢਾ ਆਦਮੀ ਉੱਠ ਕੇ ਚਲਿਆ ਗਿਆ। ਇੰਨੇ ਨੂੰ ਬੱਸ ਆ ਗਈ ਅਤੇ ਮੈਂ ਭੱਜ ਕੇ ਬੱਸ 'ਚ ਚੜ ਗਿਆ। ਮੈਂ ਬੱਸ 'ਚ ਬੈਠਾ ਵੀ ਉਸ ਬੁੱਢੇ ਆਦਮੀ ਬਾਰੇ ਸੋਚਦਾ ਰਿਹਾ। ਮੇਰੇ ਕੰਨਾਂ ਵਿੱਚ ਉਸਦੇ ਬੋਲ ਵਾਰ ਵਾਰ ਗੂੰਜ ਰਹੇ ਸੀ ਕਿ ਜੋ ਕਰੇਗਾ ਸੋ ਭਰੇਗਾ, ਨਾ ਜੀਏਗਾ ਨਾ ਮਰੇਗਾ।